ਕਮਲ ਪ੍ਰਿੰਸ ਦਾ ਕਤਲ ਕੀਤਾ ਗਿਆ ਸੀ, ਕਿੰਨੇ ਗ੍ਰਿਫਤਾਰ ਕੀਤੇ ਨੇ, ਪਿੱਛੇ ਕੀ ਕਾਰਨ ਸੀ ਉਹਦੇ ਕਤਲ ਦੇ? ਇਹ ਮਿਤੀ 2/4/2023 ਨੂੰ ਜਿਹੜੀ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਅਨਆਡੈਂਟੀ ਡੈਡ ਬੋਡੀ ਬਿਨਾਂ ਕੱਪੜਿਆਂ ਤੋਂ ਜਦੋਂ ਅਸੀਂ ਛਿੰਟਾਂ ਵਾਲਿਆਂ ਤੋਂ ਕੋਟ ਕਲਾਂ ਵੱਲ ਕੱਚੇ ਰਾਹ ਨੂੰ ਜਾਂਦੇ ਹਾਂ, ਸੂਏ 'ਤੇ ਜਾਂਦੇ ਹਾਂ, ਉਦੋਂ ਰਸਤੇ ਵਿੱਚ ਇੱਕ ਡੈਡ ਬੋਡੀ ਮਿਲੀ ਸੀ ਜਿਸ 'ਤੇ ਸੱਚੋ ਸਦਰ ਗੁਰਪ੍ਰੀਤ ਪਿੰਡਰ ਅਤੇ ਇਹਨਾਂ ਨੇ ਆਪਣੀ ਸਮੇਤ ਟੀਮ ਚੌਂਕੀ ਦਾ ਛਿੰਟਾਂ ਵਾਲਾ ਮੌਕੇ 'ਤੇ ਗਏ, ਮੌਕਾ ਮੁਲਾਜ਼ਾ ਕੀਤਾ ਤਾਂ ਜੋ ਇੱਕ ਡੈਡ ਬੋਡੀ ਜਿਸ ਦੇ ਸਿਰ ਉੱਪਰ ਅਤੇ ਬੋਡੀ 'ਤੇ ਕਾਫੀ ਜਿਹੜੇ ਜ਼ਖਮ ਪਾਏ ਗਏ ਸੀ ਕਿ ਜੋ ਸੱਟਾਂ ਮਾਰ ਕੇ ਕਿਸੇ ਨਾਮ ਨੂੰ ਵਿਅਕਤੀਆਂ ਨੇ ਕਿਹਨੂੰ ਕਤਲ ਕੀਤਾ ਸੀਗਾ, ਜੋ ਇਹਨਾਂ ਨੇ ਪਹਿਲਾਂ ਤਾਂ ਉਹ ਡੈਡ ਬੋਡੀ ਜਿਹੜੀ ਮਿਲੀ ਸੀ ਉਹਨੂੰ ਆਈਡੈਂਟੀਫਾਈ ਕੀਤਾ, ਉਹ ਕਮਲ ਪ੍ਰਿੰਸ ਪੁੱਤਰ ਸੁਖਵਿੰਦਰ ਸਿੰਘ ਵਾਸੀ ਲੋਹਾਰ ਮਾਜਰਾ ਜਿਹੜਾ ਆਈਡੈਂਟੀਫਾਈ ਹੋਇਆ, ਉਸ ਨੂੰ ਅੱਗੇ ਲੈ ਕੇ ਆਪਣਾ ਤਫਤੀਸ਼ ਵਿੱਚ ਜਦੋਂ ਕੰਟੀਨਿਊ ਕਰਦੇ ਹੋਏ ਤਾਂ ਥਾਣਾ ਸਦਰ ਨਾਭਾ ਵਿਖੇ FIR ਨੰਬਰ 61/3234 IPC ਵਿੱਚ ਪਰਚਾ ਦਰਜ ਕੀਤਾ ਗਿਆ। ਉਦੋਂ ਤਫਤੀਸ਼ ਨੂੰ ਡੂੰਘਾਈ ਨਾਲ ਸਾਇੰਟੀਫਿਕ ਅਤੇ ਸੋਰਸ ਰਾਹੀਂ ਜੋ ਇਹ ਸਾਹਮਣੇ ਆਇਆ ਕਿ ਜੋ ਮ੍ਰਿਤਕ ਸੀ ਉਸਦੇ ਹੀ ਖਾਸ ਮਿੱਤਰ ਜਿਹੜੇ ਸੀਗੇ ਕਿਸੇ ਟਾਈਮ, ਜਿਨ੍ਹਾਂ ਵਿੱਚ ਅਵਤਾਰ ਸਿੰਘ, ਪਵਿੱਤਰ ਸਿੰਘ ਅਤੇ ਸੁੱਖੀ ਜੋ ਕਿ ਨਾਲ ਦੇ ਪਿੰਡਾਂ ਦੇ ਰਹਿਣ ਵਾਲੇ ਨੇ, ਇਹਨਾਂ ਨੇ ਉਸਨੂੰ ਫੋਨ ਕਰਕੇ ਸ਼ਾਮ ਨੂੰ ਬੁਲਾਇਆ ਕਿਸੇ ਹਫ਼ਤੇ 'ਤੇ, ਉੱਥੇ ਇਹਨਾਂ ਨੇ ਰਲ ਮਿਲ ਕੇ ਸ਼ਰਾਬ ਪੀਤੀ। ਪਵਿੱਤਰ ਜੋ ਕਿ ਇਸ ਕੇਸ ਦਾ ਮੁੱਖ ਦੋਸ਼ੀ ਆ, ਉਸਨੂੰ ਇਹ ਸੀਗਾ ਵੀ ਜੇ ਜਿਹੜਾ ਮ੍ਰਿਤਕ ਆ ਵੀ ਇਹ ਮੇਰੀ ਇਨਫੋਰਮੇਸ਼ਨ, ਜੋ ਇਹਨਾਂ ਦੀ ਕੋਈ ਮਾੜੀ ਮੋਟੀ ਲੜਾਈ ਹੋਣੀ ਆ ਕਿਸੇ ਗਰੁੱਪ ਨਾਲ, ਇਹ ਮੇਰੀ ਜਿਹੜੀ ਇਨਫੋਰਮੇਸ਼ਨ ਆ ਜਾਂ ਮੇਰਾ ਟਾਈਮ ਚੁਕਾਉਣ ਜਾਂ ਮੈਨੂੰ ਮਰਵਾਉਣ ਨੂੰ ਇਹ ਦੂਸਰੇ ਗਰੁੱਪ ਨਾਲ ਰਲ ਗਿਆ ਹੈ, ਇਹਨਾਂ ਨੇ ਉਹਨੂੰ ਪਹਿਲਾਂ ਸ਼ਰਾਬ ਪਈ, ਉੱਥੇ ਇਹਦੇ ਥੋੜ੍ਹੀਆਂ ਮੁੜੀਆਂ ਸੱਟਾਂ ਮਾਰੀਆਂ, ਫਿਰ ਇਹਨੂੰ ਇਸੇ ਮੋਟਰਸਾਈਕਲ 'ਤੇ ਲੈ ਕੇ ਚਾਰ ਜਾਣੇ ਬੈਠ ਗਏ ਜੋ ਸੂਏ ਵੱਲ ਹੈਗਾ, ਉੱਥੇ ਨੂੰ ਇਹਦੇ ਕੱਪੜੇ ਲਾਏ, ਇਹਨੂੰ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਇਹਦੇ ਸਿਰ ਦੇ ਵਿੱਚ ਅਤੇ ਲੱਤਾਂ ਦੇ ਬੋਡੀ 'ਤੇ, ਕਾਫੀ ਮਤਲਬ ਇਹਦੇ ਆਪਣੇ ਜਿਹੜੇ ਜ਼ਖਮ ਕੀਤੇ, ਇਹਨੂੰ ਭਜਾ ਕੇ ਇਹਨਾਂ ਨੇ ਮਾਰਿਆ। ਕੱਪੜੇ ਵੀ ਇਹਦੇ ਅਸੀਂ ਬਰਾਮਦ ਕਰ ਲਏ ਅਤੇ ਹੁਣ ਅਸੀਂ ਅੱਜ ਜਿਹੜੀ ਹੈਗੀ ਆ ਇਹ ਤਫਤੀਸ਼ ਦੌਰਾਨ ਇਸ ਕਤਲ ਦੇ ਮੁਕੱਦਮੇ 'ਚ ਦੋਸ਼ੀ ਪਵਿੱਤਰ ਨੂੰ, ਸੁੱਖੀ ਅਤੇ ਅਵਤਾਰ ਨੂੰ ਗ੍ਰਿਫਤਾਰ ਕਰ ਹੋਰ ਵੀ ਹਫ਼ਤਾ ਜੀ ਕਿਸੇ ਮਾਮਲੇ 'ਚ ਅਜੇ ਤਫਤੀਸ਼ ਚੱਲ ਰਹੀ ਆ ਅਤੇ ਇਹਨਾਂ ਦਾ ਅਸੀਂ ਹੁਣ ਅਰੈਸਟ ਪਾ ਲਈ, ਗ੍ਰਿਫਤਾਰ ਕਰ ਲਈ ਅਤੇ ਬਾਕੀ ਜੋ ਐਵੀਡੈਂਸ ਹੈਗੀਆਂ ਨੇ, ਹਥਿਆਰ ਜਾਂ ਹੋਰ ਕਿਹੜੇ ਬੰਦੇ ਨੇ ਦੇਖਿਆ ਕੀ ਇਹਨਾਂ ਤੋਂ ਰਿਕਵਰ ਕਰਨਾ, ਉਹ ਅੱਗੇ ਅਸੀਂ ਇਹਦਾ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਮਾਨ ਹਸਤ ਕਰਕੇ ਇਹ ਸਾਰੀ ਜਿਹੜੀ ਰਿਕਵਰੀ ਕਰਾਵਾਂਗੇ। ਇਹਨਾਂ ਦੇ ਪਹਿਲਾਂ ਵੀ ਕੋਈ ਹੈਗੇ ਜੀ ਕੋਈ ਕੇਸ ਰਜਿਸਟਰਡ? ਸ਼ਾਇਦ ਇੱਕ ਤਾਂ ਇਹਨਾਂ ਦੇ ਕੇਸ ਪਹਿਲਾਂ ਦਰਜ ਹਟ ਕੇਸ ਹੈਗੇ ਆ ਅਤੇ ਬਾਕੀ ਅੱਗੇ ਤਫਤੀਸ਼ ਜੋ ਆ ਉਹ ਤੁਹਾਨੂੰ ਦੱਸਾਂਗੇ। ਮ੍ਰਿਤਕ ਨੇ ਵਿਦੇਸ਼ ਵੀ ਜਾਣਾ ਸੀਗਾ ਕੁਛ? ਅਜੇ ਉਹ ਆਈਲੈਟਸ ਕਰ ਰਿਹਾ ਸੀ ਜੋ ਹੁਣ ਤੱਕ ਉਹਨਾਂ ਦੇ ਪੇਰੈਂਟਸ ਨੇ ਦੱਸਿਆ, ਅਤੇ ਆਈਲੈਟਸ ਕਰਨ ਤੋਂ ਬਾਅਦ ਹੀ ਬਾਹਰ ਉਹਨੇ ਜਾਣਾ ਸੀ। ਇਹਦੀ ਉਮਰ ਕਿੰਨੀ? ਇਹਨਾਂ ਦੇ 21-22 ਸਾਲ, ਇਹ ਯੰਗ ਏਜ ਦੇ ਸਾਰੇ ਜਿਹੜੇ ਹੈਗੇ ਆ, ਕਿਉਂਕਿ ਮਰਨ ਵਾਲਾ ਵੀ 19-20 ਸਾਲ ਦਾ ਹੀ ਸੀਗਾ ਅਤੇ ਹੈ ਇਹ ਕੋਈ ਗਰੁੱਪ ਸੀਗਾ, ਬਟ ਜਦੋਂ ਇਹਨਾਂ ਨੂੰ ਕੋਈ ਵਹਿਮ ਪੈ ਗਿਆ ਵੀ ਸਾਡੀ ਕੋਈ ਜਿਹੜੀ ਇਹ ਲੀਕੇਜ ਕਰਦਾ, ਉਹ ਸ਼ਰਾਬ ਪਿਆ ਕੇ ਅਤੇ ਉਸਨੂੰ ਧੋਖੇ ਨਾਲ ਲਿਆ ਕੇ ਇਹਨੂੰ ਉਹਦਾ ਕਤਲ ਕੀਤਾ। ਕਤਲ ਨੂੰ ਜਾਣ ਦੇਣ ਲਈ ਕਿਸ ਹਥਿਆਰ ਦੀ ਵਰਤੋਂ ਕੀਤੀ ਗਈ ਹੈ? ਇਹਨਾਂ ਨੇ ਪਹਿਲਾਂ ਤਾਂ ਉਹਦੇ ਸਿਰ 'ਚ ਬੋਤਲਾਂ ਮਾਰੀਆਂ ਨੇ, ਬੀਅਰ ਦੀਆਂ ਬੋਤਲਾਂ, ਸ਼ਰਾਬ ਦੀਆਂ ਬੋਤਲਾਂ, ਫਿਰ ਡੰਡੇ ਵੀ ਮਾਰੇ ਗਏ ਨੇ, ਉਹਦੇ ਹੋਰ ਵੈਪਨ ਜਿਹੜਾ ਉਹ ਯੂਜ਼ ਕੀਤੇ ਨੇ ਆਪਣੇ ਇਹਨੂੰ ਕਤਲ ਕਰਨ ਦੇ ਵਿੱਚ। ਇਹ ਜ਼ਿਆਦਾ ਤੌਰ 'ਤੇ ਵਿਹਲੜੇ, ਇੱਕ ਤਾਂ ਇਹਨਾਂ ਜਿਹੜਾ ਹੈਗਾ ਕੋਈ ਕਿਸੇ ਪ੍ਰਾਈਵੇਟ ਫੈਕਟਰੀ 'ਚ ਮਲੇਰ ਕੋਟਲੇ ਲੱਗਿਆ ਹੋਇਆ, ਮਤਲਬ 10-11 8-10 ਪੜ੍ਹੇ ਹੋਏ ਨੇ, ਜ਼ਿਆਦਾ ਪੜ੍ਹੇ ਲਿਖੇ ਵੀ ਨਹੀਂ ਹੈ, ਪਰ ਇਹ ਥੋੜ੍ਹਾ ਜਿਹਾ ਗਲਤ ਸੁਸਾਇਟੀ 'ਚ ਪੈਣ ਕਰਕੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ। ਥੈਂਕ ਯੂ ਜੀ। ਹਫ਼ਤੇ 'ਤੇ ਬੈਠੇ ਸੀਗੇ ਜੀ, ਅਤੇ ਉਹ ਡੋਲਟ ਨਾਲ ਮੇਰਾ ਪੁਰਾਣਾ ਬੈਰ ਸੀ, ਉਹ ਮੇਰੇ ਨਾਲ ਬੈਰ ਰੱਖਦਾ ਪੁਰਾਣਾ, ਡੋਲਟਾ ਮੁੰਡਾ ਕੋਟ ਦਾ ਜੀ, ਅਤੇ ਉੱਥੇ ਹਫ਼ਤੇ 'ਤੇ ਬੈਠੇ ਉਹ ਉਹਦੀਆਂ ਗੱਲਾਂ ਕਰ ਰਹੇ ਸੀ, ਉਹਦੇ ਨਾਲ ਵੀ ਰਹਿੰਦਾ ਸੀ, ਸਾਡੇ ਨਾਲ ਵੀ ਰਹਿੰਦਾ ਸੀ, ਉੱਥੇ ਬਹਿ ਕੇ ਕਹਿੰਦਾ ਵੀ ਡੋਲਟਾ ਆਊਗਾ ਅਤੇ ਕਿਰਪਾਨਾ ਮਾਰੂ ਤੁਹਾਨੂੰ, ਐਂ ਕਰੂਗਾ, ਅਤੇ ਅਸੀਂ ਡਰ ਗਏ ਜੀ, ਅਤੇ ਡਰੇ ਹੋਏ ਅਸੀਂ ਉਹਦੇ ਬੋਤਲਾਂ ਮਾਰੀਆਂ ਸਿਰ 'ਚ, ਬੋਤਲਾਂ ਮਾਰ ਕੇ ਸਿਰ 'ਚ ਜੀ, ਉੱਥੋਂ ਅਸੀਂ ਉਹਨੂੰ ਲੈ ਕੇ ਨਿਕਲ ਗਏ ਵੀ ਤੈਨੂੰ ਡੋਲਟ ਕੇ ਘਰ ਮੂਰੀ ਲੈ ਕੇ ਜਾਵਾਂਗੇ, ਅਤੇ ਉੱਥੇ ਜਾਂਦੇ ਜਾਂਦੇ ਅਸੀਂ ਉਹਦੇ ਦਰਖਤ ਦੇ ਡੰਡੇ ਤੋੜ ਕੇ ਉਹਦੇ ਮਾਰੇ, ਅਤੇ ਉਹਦੇ ਕੱਪੜੇ ਲਾ ਕੇ ਡੰਡੇ ਮਾਰੇ ਜੀ, ਅਤੇ ਉਹਨੂੰ ਭਜਾਇਆ ਅਤੇ ਉਹਨੂੰ ਉਹਦੇ ਘਰ ਤੱਕ ਲਿਆਉਂਦੇ ਰਹੇ,
ਤੇ ਰਾਸਤੇ 'ਚ ਉਹ ਗਿਰ ਜਾਂਦਾ ਸੀ ਫਿਰ ਉਠਾਲਦੇ ਉਹਨੂੰ ਤੇ ਉਹਦੇ ਲੱਤ ਤੇ ਮੋਟਰਸਾਈਕਲ ਚੜਾਇਆ ਤੁਹਾਡਾ ਤਾਂ ਵਧੀਆ ਦੋਸਤ ਸੀ ਫਿਰ ਵੀ ਜਿਹੜਾ ਹੈਗਾ ਕਿਉਂ ਕਤਲ ਕੀਤਾ